हेलो गाइस, गुड मॉर्निंग। मैं होप करती तुसी सारे जने ठीक होंगे। मॉर्निंग हो चुकी है ते मैं बच्चों का टिफिन रेडी कर रही हूँ। आज टिफिन दे विच बन रहा पास्ता, सो तुसी मेरे नाल कुक कर सकते हैं एंड एंजॉय कर सकते हैं कुकिंग विद मी। मेरा मॉर्निंग रूटीन बहुत बिजी होंदा क्योंकि बच्चों का टिफिन बनाना होंदा आ। फिर मैं मल्टीटास्क वर्क करके टाइम से चीज़ों को फिनिश करती हूँ। सो वैजीटेबल मैं पका ली हाँ। मैं हमेशा पास्ते दे विच वैजीटेबल्स ऐड करती हूँ। सॉल्ट पाया, मैं हर्ब्स पा रही हूँ एंड लिटल बिट गार्लिक पाउडर। तुसी फ्रैश भी पा सकते हैं। हुण मैं वाइट अल्फ्राडो सॉस यूज़ करूँगी एंड ये हमेशा मैं क्रीम अपने पास्ते दे विच ऐड करती हूँ। ये थोड़ा जा क्रीमी बन जाता, सो ये वाली क्रीम तुहानू कितों भी मिल जाती है। एंड हुण इहनू चंगी तरह मिक्स करके फिर मैं इहदे विच पास्ता ऐड करती हूँ। एंड जिहड़ा पास्ते का पानी हुंदा वह भी थोड़ा जा मैं ऐड कर दिंदी हाँ इहदे विच। एंड फिर मैं इहनू कवर करके पकाती हूँ। सो इहदे विच मैं 90% ही इहनू बॉयल किया सी, हुण 100% इत्थे आ के बॉयल हो जाएगा। कवर करके इन्हें मैं 5 मिनट्स पकाती हाँ। एंड जो तक पास्ता बनता उद तक आप होर मल्टीटास्क वर्क कर लें। जल्दी नाल मैं जिन्हें भी मेरे बर्तन आ मॉर्निंग ब्रेकफास्ट है उन्होंने मैं रिंस करके डिशवाशर विच रख दें। सो कुकिंग के नाल नाल इहदा मल्टीटास्क वर्क करके तुसीं बहुत सारे अपने काम फिनिश कर सकते हैं। सो पास्ता भी साडा रेडी हो गया है। हुण मैं बच्चों का टिफिन पैक करूँगी। बच्चों के स्कूल जाने तो बाद फिर मैं 20-25 मिनट्स अपनी किचन में दिनी हाँ डीप क्लीन दे ले। एंड क्लीन करके फिर आप चलते हैं उपर। और मैं अपनी लॉन्ड्री टर्न करूँगी। रात में ही मैं डिले एंड चूज़ कर लिया सी। मशीन च ऑप्शन होंदा तुसी रात में चूज़ कर सकते हैं। सो इन्हों थानू थोड़े कपड़े धोते हुए ही मिलते हैं। बस सवेर नूं उठ के थानू ड्रायर च पाने पैंदे आ ते थोड़ा हाफ कम डन हो जाता। हुण मैं लिलन च कुछ चीज़ां ऑर्गेनाइज़ करनिया सी। लॉन्ड्री दे कुछ कपड़े एंड वाशरूम दी टॉयलेटरीज ग्रॉसरी कीती सी। ਲੈਨੂੰ ਤੁਸੀਂ ਕਿੱਦਾਂ ਔਰਗੇਨਾਈਜ਼ ਕਰ ਸਕਦੇ ਆ ਅਫੋਰਡੇਬਲ ਚੀਜ਼ਾਂ ਨੂੰ ਲੈ ਕੇ, ਇਹਦੀ ਮੈਂ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ। ਉਸ ਵੀਡੀਓ ਨੂੰ ਜ਼ਰੂਰ ਚੈੱਕ ਕਰਿਓ। ਅਤੇ ਹੁਣ ਮੈਂ ਕਰਾਂਗੀ ਆਪਣੇ ਆਫਿਸ ਨੂੰ ਕਲੀਨ। ਇੱਥੇ ਬੈਠ ਕੇ ਮੈਂ ਆਪਣਾ ਕੰਮ ਕਰਦੀ ਹਾਂ, ਹੋਮ ਆਫਿਸ ਹੁੰਦਾ। ਮੈਂ ਤੁਹਾਡੇ ਲਈ ਇੱਥੇ ਬੈਠ ਕੇ ਆਪਣੀਆਂ ਵੀਡੀਓਜ਼ ਵੀ ਐਡਿਟ ਕਰਦੀ ਹਾਂ। ਹੁਣ ਮੈਂ ਵੀਡੀਓ ਨੂੰ ਐਡਿਟ ਕਰੂੰਗੀ ਐਂਡ ਆਪਣਾ ਹੋਮ ਆਫਿਸ ਕਰੂੰਗੀ। ਐਂਡ ਤੁਸੀਂ ਮੈਨੂੰ ਦੱਸ ਸਕਦੇ ਆ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿੱਦਾਂ ਲੱਗ ਰਹੀਆਂ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਆ ਤਾਂ ਮੇਰਾ ਨਾਮ ਹੈਗਾ ਸੋਨੀਆ, ਵੈਲਕਮ ਟੂ ਮਾਈ ਚੈਨਲ। ਤੁਸੀਂ ਮੇਰੇ ਚੈਨਲ ਨੂੰ ਐਕਸਪਲੋਰ ਕਰ ਲਿਓ ਅਤੇ ਜੇ ਤੁਹਾਨੂੰ ਕੁਛ ਵੀ ਚੰਗਾ ਲੱਗਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਚਲੋ ਮੇਰਾ ਕੰਮ ਹੋ ਗਿਆ ਡਨ, ਹੁਣ ਚੱਲਦੇ ਹਾਂ ਆਪਾਂ ਥੱਲੇ। ਥੱਲੇ ਮੀਨਸ ਸਾਡਾ ਜਿਹੜਾ ਮੇਨ ਫਲੋਰ ਆ। ਐਂਡ ਆ ਗਈ ਹਾਂ ਮੈਂ ਕਿਚਨ 'ਚ। ਹੁਣ ਮੈਂ ਬਣਾਊਂਗੀ ਦੇਸੀ ਘਿਓ। ਘਰ ਵਿੱਚ ਦੇਸੀ ਘਿਓ ਬਣਾਉਣਾ ਬਹੁਤ ਈਜ਼ੀ ਹੁੰਦਾ। ਇੱਦਾਂ ਤੁਸੀਂ ਬਟਰ ਦੀਆਂ ਸਟਿਕਸ ਲੈ ਲਓ, ਮੈਂ 3 ਲਈਆਂ ਆ। ਅਤੇ ਫਿਰ ਇੱਦਾਂ ਮੈਲਟ ਹੋ ਕੇ ਫੋਮ ਉੱਪਰ ਆ ਜਾਂਦੀ ਆ। ਇਹਨੂੰ ਥੱਲੇ ਤੱਕ ਨਹੀਂ ਹਿਲਾਉਣਾ ਕਿਉਂਕਿ ਇਹਦਾ ਬੇਸਟ ਫਿਰ ਥੱਲੇ ਰਹਿ ਜਾਂਦਾ ਅਤੇ ਉੱਪਰ ਕਲੀਅਰ ਹੁੰਦਾ ਰਹਿੰਦਾ। ਸੋ ਇਹਨੂੰ ਮੈਂ ਲੋ ਟੂ ਮੀਡੀਅਮ ਹੀਟ 'ਤੇ ਰੱਖ ਦਿੱਤਾ। ਜਦੋਂ ਤੱਕ ਮੈਂ ਕਰੂੰਗੀ ਕੈਬਨਿਟਸ ਕਲੀਨ, ਕਿਉਂਕਿ ਮਲਟੀਟਾਸਕ ਵਰਕ ਕਰਦੇ ਰਹਿਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਕਿ ਕੰਮ ਜਲਦੀ ਫਿਨਿਸ਼ ਹੋਵੇ, ਰਾਈਟ। ਸੋ ਇੱਥੇ ਮੈਂ ਆਪਣੇ ਬਲੈਂਡਰਸ ਰੱਖਦੀ ਹਾਂ, ਇਹਨੂੰ ਥੋੜ੍ਹਾ ਜਿਹਾ ਔਰਗੇਨਾਈਜ਼ ਕਰ ਲੈਂਦੀ ਹਾਂ।
ਹੁਣ ਦੇਸੀ ਘਿਓ ਦੇਖ ਲੈਂਦੇ ਹਾਂ, ਤੁਸੀਂ ਦੇਖ ਸਕਦੇ ਕਿ ਕਲੀਅਰ ਹੋ ਗਿਆ ਟੋਪ 'ਤੇ, ਰਾਈਟ। ਜਦੋਂ ਇਹਦਾ ਬਬਲਸ ਆਉਣ ਲੱਗ ਜਾਣ, ਇਟ ਮੀਨਸ ਬਣ ਗਿਆ। ਹੁਣ ਸਟੋਵ ਨੂੰ ਬੰਦ ਕਰ ਦਿਉ, ਇਹਨੂੰ ਠੰਡਾ ਹੋਣ ਨੂੰ ਇੱਕ ਸਾਈਡ 'ਤੇ ਰੱਖ ਦਿਉ। ਸੋ ਇੱਦਾਂ ਘਰ ਦੇਸੀ ਘਿਓ ਬਣਾਇਓ ਅਤੇ ਮੈਨੂੰ ਦੱਸਿਓ ਕਿ ਕਿੱਦਾਂ ਬਣਦਾ ਆ। ਓਕੇ, ਇਹਨੂੰ ਠੰਡਾ ਕਰਕੇ ਮੈਂ ਇੱਦਾਂ ਸਟੋਰ ਕਰ ਲੈਂਦੀ ਹਾਂ, ਏਅਰ ਟਾਈਟ ਕੰਟੇਨਰ 'ਚ ਤੁਸੀਂ ਇੱਦਾਂ ਪਾ ਕੇ ਰੱਖ ਸਕਦੇ ਹਾਂ। ਡਿਨਰ ਦੀ ਰੈਸਪੀ ਸ਼ੇਅਰ ਕਰਨ ਤੋਂ ਪਹਿਲਾਂ ਮੈਂ ਕਿਚਨ ਦਾ ਹਾਲ ਸ਼ੇਅਰ ਕਰਦੀ ਹਾਂ। ਇਹ ਡਿਸ਼ਵਾਸ਼ਰ ਸੇਫ ਆ, ਮਾਈਕ੍ਰੋਵੇਵ ਸੇਫ ਆ, ਐਂਡ ਫਰੀਜ਼ਰ ਸੇਫ ਆ। ਐਕਚੁਅਲੀ ਫਰੀਜ਼ਰ ਨੂੰ ਔਰਗਨਾਈਜ਼ ਕਰਨ ਲਈ ਮੈਂ ਮੰਗਵਾਇਆ ਇਹ, ਐਂਡ ਇਹ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਐਕਚੁਅਲੀ ਕਿੱਦਾਂ ਦੇ ਆ। ਸੋ ਸਟੇ ਟਿਊਨਡ ਰਿਹੋ, ਮੈਂ ਆਪਣੀ ਫਰਿੱਜ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਆ ਕਿ ਮੈਂ ਕਿੱਦਾਂ ਔਰਗਨਾਈਜ਼ ਕੀਤੀ ਆ। ਸੋ ਇਹਦੇ ਵਿੱਚ ਸੈੱਟ ਆਫ 3 ਹੈਗਾ ਇਹ ਗਲਾਸ ਕੰਟੇਨਰਸ ਵਿਦ ਅ ਲਿਡ। ਸੋ ਵੱਡਾ ਛੋਟਾ ਹੁਣ ਮੈਂ ਤੁਹਾਡੇ ਨਾਲ ਸਾਰੇ ਸ਼ੇਅਰ ਕਰਦੀ ਹਾਂ। ਪਹਿਲਾਂ ਓਪਨ ਕਰ ਲੈਂਦੇ ਹਾਂ, ਐਂਡ ਇਹ ਮੈਂ ਲੈ ਕੇ ਆਈ ਹਾਂ ਐਕਚੁਅਲੀ ਜੈਲਰਸ ਤੋਂ। ਜੈਲਰਸ ਨਵਾਂ ਸਟੋਰ ਖੁੱਲ੍ਹਿਆ ਕੈਨੇਡਾ ਦੇ ਵਿੱਚ। ਹੋਰ ਸਾਰੀਆਂ ਚੀਜ਼ਾਂ ਮੈਂ ਸ਼ੇਅਰ ਕਰੂੰਗੀ ਜਦੋਂ ਮੈਂ ਆਪਣੀ ਫਰਿੱਜ ਨੂੰ ਔਰਗਨਾਈਜ਼ ਕਰੂੰਗੀ, ਐਂਡ ਮੈਂ ਗਲਾਸ ਦਾ ਪਿਕਚਰ ਵੀ ਲੈ ਕੇ ਆਉਂਦਾ ਆ। ਅਤੇ ਚਲੋ ਹੁਣ ਆਪਾਂ ਕਰ ਲੈਂਦੇ ਹਾਂ ਕੁੱਕ। ਸੋ ਅੱਜ ਮੈਂ ਬਣਾ ਰਹੀ ਹਾਂ ਹੈਲਦੀ ਬਾਊਲ। ਉਹਦੇ ਲਈ ਮੈਂ ਕਿਨੂਆ ਅਤੇ ਬਰਾਊਨ ਜਿਹੜੇ ਰਾਈਸ ਹੁੰਦੇ ਉਹਨਾਂ ਨੂੰ ਬੋਇਲ ਕਰਨ ਲਈ ਰੱਖ ਦਿੱਤਾ ਹੈ। ਇਹਨਾਂ ਨੂੰ ਲੋ ਟੂ ਮੀਡੀਅਮ ਹੀਟ ਤੱਕ ਤੁਸੀਂ ਪਕਾ ਲਓ ਜਦ ਤੱਕ ਸੌਫਟ ਨਹੀਂ ਹੁੰਦੇ। ਐਂਡ ਹੁਣ ਮੈਂ ਕੁਛ ਵੈਜੀਟੇਬਲਸ ਪ੍ਰਪੇਅਰ ਕਰ ਲੈਂਦੀ ਹਾਂ, ਐਂਡ ਜੋ ਜੋ ਵੈਜੀ ਬਾਊਲ ਦੇ ਵਿੱਚ ਜਾਣਾ ਹੈ ਉਹ ਮੈਂ ਸਾਰੀਆਂ ਚੀਜ਼ਾਂ ਰੈਡੀ ਕਰਕੇ ਰੱਖ ਲੈਂਦੀ ਹਾਂ। ਹੁਣ ਮੈਂ ਬਣਾਉਂਗੀ ਗੁਆਕਮੈਲੀ। ਇਹਦੇ ਲਈ ਤੁਸੀਂ ਮਿਕਸਚਰ ਲੈ ਸਕਦੇ ਹਾਂ, ਤੁਹਾਨੂੰ ਸਟੋਰ ਤੋਂ ਮਿਲ ਜਾਂਦਾ। ਬਸ ਇਹਨੂੰ ਮੈਸ਼ ਕਰਕੇ ਵਿੱਚ ਪਾਉਣਾ, ਮਿਕਸ ਕਰਨਾ। ਫਿਰ ਤੁਸੀਂ ਆਪਣੀ ਚੋਇਸ ਦੀਆਂ ਇਹਦੇ 'ਚ ਟੋਪਿੰਗ ਪਾ ਲਓ, ਟਮੇਟੋ, ਅਨੀਅਨ, ਧਨੀਆ, ਅਤੇ ਫਿਰ ਬਸ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਓ। ਅਤੇ ਠੰਡਾ ਹੋਣਾ ਚਾਹੀਦਾ, ਅਤੇ ਇਹਨੂੰ ਬਸ ਤੁਸੀਂ ਹੁਣ ਮਿਕਸ ਕਰਕੇ ਫਰਿੱਜ ਦੇ ਵਿੱਚ ਰੱਖ ਦਿਉ। ਅਤੇ ਹੁਣ ਆਪਾਂ ਬਣਾਉਂਦੇ ਹਾਂ ਸੈਕਿੰਡ ਚੀਜ਼। ਹੁਣ ਮੈਂ ਯੂਜ਼ ਕਰੂੰਗੀ ਕੋਰਨ ਐਂਡ ਮਿਕਸਡ ਬੀਨਸ। ਇਹ ਤੁਹਾਨੂੰ ਡੱਬੇ 'ਚ ਵੀ ਮਿਲ ਜਾਂਦੀਆਂ, ਜਾਂ ਬੋਇਲ ਕਰ ਲਓ। ਇਹਦੇ 'ਚ ਮੈਂ ਪਾਇਆ ਅਨੀਅਨ, ਟਮੇਟੋਜ਼ ਐਂਡ ਧਨੀਆ। ਫਿਰ ਤੁਸੀਂ ਥੋੜ੍ਹਾ ਜਿਹਾ ਸਾਲਟ ਐਂਡ ਪੈਪਰ ਪਾ ਲਓ, ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਵੀ ਫਰਿੱਜ ਵਿੱਚ ਰੱਖ ਦਿਉ। ਥੋੜ੍ਹਾ ਜਿਹਾ ਇਹਦੇ 'ਚ ਲਾਈਮ ਜੂਸ ਵੀ ਪਾ ਲਓ। ਹੁਣ ਮੈਂ ਬਣਾਉਂਗੀ ਸਾਵਰ ਕਰੀਮ ਦੇ ਨਾਲ ਕਰੀਮ, ਐਂਡ ਇਹਦੇ 'ਚ ਮੈਂ ਧਨੀਆ ਨੂੰ ਥੋੜ੍ਹਾ ਜਿਹਾ ਬਲੈਂਡ ਕਰਕੇ ਪਾਇਆ, ਥੋੜ੍ਹਾ ਜਿਹਾ ਲੈਮਨ ਜੂਸ, ਐਂਡ ਇਹਨੂੰ ਵੀ ਤੁਸੀਂ ਮਿਕਸ ਕਰਕੇ ਫਰਿੱਜ ਵਿੱਚ ਰੱਖ ਦਿਉ। ਕਿਨੂਆ ਨੂੰ ਮੈਂ ਸਟਰੇਨ ਕਰ ਲਿਆ, ਠੰਡਾ ਕਰ ਲਿਆ, ਐਂਡ ਇਹਦੇ 'ਚ ਮੈਂ ਪਾਇਆ ਧਨੀਆ ਅਤੇ ਲਿਟਲ ਵਿੱਚ ਸਾਲਟ ਐਂਡ ਪੈਪਰ। ਓਕੇ, ਰਾਈਸ ਵੀ ਬਰਾਊਨ, ਜਿਹੜੇ ਰਾਈਸ ਸੀ ਬੋਇਲ ਹੋ ਗਏ। ਇਹਦੇ 'ਚ ਮੈਂ ਟਾਕੋ ਸੀਜ਼ਨਿੰਗ ਪਾ ਰਹੀ ਹਾਂ, ਵੀ ਤੁਹਾਨੂੰ ਸਟੋਰ 'ਚੋਂ ਮਿਲ ਜਾਂਦੀ ਆ, ਐਂਡ ਲਿਟਲ ਵਿੱਚ ਸਾਲਟ ਜੇ ਤੁਹਾਨੂੰ ਚਾਹੀਦਾ। ਬਸ ਮਿਕਸ ਕਰ ਲਓ, ਇਹ ਵੀ ਬਣ ਗਿਆ। ਅਤੇ ਹੁਣ ਜਿਹੜੀਆਂ ਬੀਨਸ ਹੁੰਦੀਆਂ ਆ, ਬਲੈਕ ਬੀਨਸ, ਉਹਨਾਂ ਨੂੰ ਮੈਂ ਡੱਬੇ ਵਾਲੀ ਨੂੰ ਯੂਜ਼ ਕਰ ਰਹੀ ਹਾਂ। ਇਹਦੇ 'ਚ ਵੀ ਮੈਂ ਟਾਕੋ ਸੀਜ਼ਨਿੰਗ ਪਾਈ ਆ, ਥੋੜ੍ਹਾ ਜਿਹਾ ਪਾਣੀ ਪਾ ਕੇ ਇਹਨੂੰ ਮਿਕਸ ਕਰਕੇ ਇਹਨੂੰ ਪਕਾ ਲਓ। ਹੁਣ ਹੈਲਦੀ ਵੈਜੀ ਬਾਊਲ ਨੂੰ ਰੈਡੀ ਕਰਦੇ ਹਾਂ, ਐਂਡ ਬੋਟਮ 'ਤੇ ਤੁਸੀਂ ਕਿੰਨੇ ਸਾਰੇ ਰਾਈਸ ਪਾ ਲਓ, ਕਿਨੂਆ ਪਾ ਲਓ, ਬੀਨਸ ਪਾ ਲਓ, ਸਾਲਸਾ ਐਂਡ ਗ੍ਰੀਨ ਸੈਲਡ ਐਂਡ ਗਰੋਕੋਮਾਲੀ ਇਨ ਅ ਮਿਡਲ ਐਂਡ ਕਰੀਮ। ਇਹ ਆਪਸ਼ਨਲ ਆ, ਜੇ ਤੁਸੀਂ ਪਾਉਣਾ ਚਾਹੁੰਦੇ ਹੋ ਉੱਪਰ ਸਾਲਸਾ। ਐਂਡ ਇੱਦਾਂ ਤੁਸੀਂ ਕੁਇਕ ਈਜ਼ੀ ਆਪਣੀ ਵੈਜੀ ਬਾਊਲ ਬਣਾ ਸਕਦੇ ਹਾਂ। ਮੈਂ ਹੋਪ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਵੀ ਬਹੁਤ ਚੰਗੀ ਲੱਗੀ ਹੋਊਗੀ। ਜੇ ਚੰਗੀ ਲੱਗੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਚੈਨਲ 'ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਉਹਨਾਂ ਨੂੰ ਚੈੱਕ ਕਰ ਲਿਓ। ਜੇ ਤੁਹਾਨੂੰ ਕੁਛ ਵੀ ਚੰਗਾ ਲੱਗਦਾ ਤਾਂ ਡੋਂਟ ਫਰਗੇਟ ਟੂ ਸਬਸਕ੍ਰਾਈਬ ਟੂ ਮਾਈ ਚੈਨਲ। ਹੁਣ ਮੈਂ ਮਿਲੂੰਗੀ ਤੁਹਾਨੂੰ ਅਪਕਮਿੰਗ ਵੀਡੀਓ ਦੇ ਵਿੱਚ। ਤਦ ਤੱਕ ਤੁਸੀਂ ਹੋਰ ਵੀਡੀਓ ਨੂੰ ਚੈੱਕ ਕਰ ਲਓ। ਸਾਰੀਆਂ ਵੀਡੀਓਜ਼ ਦੇ ਲਿੰਕ ਤੁਹਾਨੂੰ ਮਿਲ ਜਾਊਗੀ ਡਿਸਕ੍ਰਿਪਸ਼ਨ ਬਾਕਸ ਡਾਊਨ ਬਲੋ ਦੇ ਵਿੱਚ। ਐਂਡ ਅੰਡਰਲਾਈਨ ਟੇਕ ਕੇਅਰ ਗਾਈਜ਼, ਲਵ ਯੂ ਐਂਡ ਬਾਏ ਗਾਈਜ਼।